किसी ने मेरी फोटो लेके फेक आईडी क्रिएट करके व्हाट्सएप नंबर से मेरे ही स्टाफ दे एसडीएम दे स्टाफ नु उन्हां नु मैसेज किया है, मैसेज करके चैटिंग करके गलबात करने की कोशिश की है ताकि ਉਹ ਉਹਨਾਂ ਤੋਂ ਕੋਈ ਪੈਸੇ ਉਗਰਵਾ ਸਕਣ। ਤਾਂ ਜਿਸ ਤਰ੍ਹਾਂ ਹੀ ਮੇਰੇ ਧਿਆਨ 'ਚ ਆਇਆ, ਮੈਂ ਨਾਲ ਦੀ ਨਾਲ ਆਪਣੇ ਸਾਰੇ ਸਟਾਫ ਨੂੰ, ਸਾਰੇ ਗਰੁੱਪ 'ਚ, ਸਾਰੀ ਜਗ੍ਹਾ ਆਗਾਹ ਕਰਤਾ ਕਿ ਸੰਬਡੀ ਹੈਜ਼ ਕ੍ਰੀਏਟਡ ਮਾਈ ਫੇਕ ਆਈ ਡੀ। ਫੇਕ ਆਈ ਡੀ ਨਾਲ ਉਹਨਾਂ ਨੇ ਬਣਾਇਆ, ਨੰਬਰ ਬਣਾਇਆ, ਤਾਂ ਕੋਈ ਵੀ ਰਿਸਪੋਂਡ ਨਹੀਂ ਕਰਦਾ। ਮੈਂ ਅਸੀਂ ਐਸ ਐਸ ਪੀ ਨੂੰ ਮੈਂ ਲਿਖ ਕੇ ਦਿੱਤਾ, ਉਹਨਾਂ ਦੇ ਸਾਈਬਰ ਕ੍ਰਾਈਮ ਦੇ ਉਸ ਲਿਖ ਕੇ ਦਿੱਤਾ ਕਿ ਕੰਪਲੇਂਟ ਦਰਜ ਕਰਤੀ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਦੋ ਤਿੰਨ ਦਾ ਪਤਾ ਲੱਗਿਆ ਸੀ ਜਿਨ੍ਹਾਂ ਨੇ ਇਮੀਡੀਏਟਲੀ ਮੇਰੇ ਪੀਏ ਨੂੰ ਕਿਹਾ, ਔਰ ਮੈਂ ਨਾਲ ਦੀ ਨਾਲ ਇਮੀਡੀਏਟਲੀ ਸਾਰੀ ਜਗ੍ਹਾ ਮੈਸੇਜ ਲਗਾਤਾ ਕਿ ਨਾਟ ਟੂ ਰਿਸਪੋਂਡ। ਕਿਸੀ ਨੇ ਮੇਰੀ ਫੋਟੋ ਲੈ ਕੇ ਫੇਕ ਆਈ ਡੀ ਕ੍ਰੀਏਟ ਕਰਕੇ ਵਟਸਐਪ ਨੰਬਰ ਤੇ ਮੇਰੇ ਹੀ ਸਟਾਫ ਦੇ ਐਸ ਡੀ ਐਮ ਦੇ ਸਟਾਫ ਨੂੰ ਉਹਨਾਂ ਨੂੰ ਮੈਸੇਜ ਕੀਤਾ ਹੈ, ਮੈਸੇਜ ਕਰਕੇ ਚੈਟਿੰਗ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਉਹਨਾਂ ਤੋਂ ਕੋਈ ਪੈਸੇ ਉਗਰਵਾ ਸਕਣ। ਤਾਂ ਜਿਸ ਤਰ੍ਹਾਂ ਹੀ ਮੇਰੇ ਧਿਆਨ 'ਚ ਆਇਆ, ਮੈਂ ਨਾਲ ਦੀ ਨਾਲ ਆਪਣੇ ਸਾਰੇ ਸਟਾਫ ਨੂੰ, ਸਾਰੇ ਗਰੁੱਪ 'ਚ, ਸਾਰੀ ਜਗ੍ਹਾ ਆਗਾਹ ਕਰਤਾ ਕਿ ਸੰਬਡੀ ਹੈਜ਼ ਕ੍ਰੀਏਟਡ ਮਾਈ ਫੇਕ ਆਈ ਡੀ। ਫੇਕ ਆਈ ਡੀ ਨਾਲ ਉਹਨਾਂ ਨੇ ਬਣਾਇਆ, ਨੰਬਰ ਬਣਾਇਆ, ਤਾਂ ਕੋਈ ਵੀ ਰਿਸਪੋਂਡ ਨਹੀਂ ਕਰਦਾ। ਮੈਂ ਅਸੀਂ ਐਸ ਐਸ ਪੀ ਨੂੰ ਮੈਂ ਲਿਖ ਕੇ ਦਿੱਤਾ, ਉਹਨਾਂ ਦੇ ਸਾਈਬਰ ਕ੍ਰਾਈਮ ਦੇ ਉਸ ਲਿਖ ਕੇ ਦਿੱਤਾ ਕਿ ਕੰਪਲੇਂਟ ਦਰਜ ਕਰਤੀ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਦੋ ਤਿੰਨ ਦਾ ਪਤਾ ਲੱਗਿਆ ਸੀ ਜਿਨ੍ਹਾਂ ਨੇ ਇਮੀਡੀਏਟਲੀ ਮੇਰੇ ਪੀਏ ਨੂੰ ਕਿਹਾ, ਔਰ ਮੈਂ ਨਾਲ ਦੀ ਨਾਲ ਇਮੀਡੀਏਟਲੀ ਸਾਰੀ ਜਗ੍ਹਾ ਮੈਸੇਜ ਲਗਾਤਾ ਕਿ ਨਾਟ ਟੂ ਰਿਸਪੋਂਡ। ਕਿਸੀ ਨੇ ਮੇਰੀ ਫੋਟੋ ਲੈ ਕੇ ਫੇਕ ਆਈ ਡੀ ਕ੍ਰੀਏਟ ਕਰਕੇ ਵਟਸਐਪ ਨੰਬਰ ਤੇ ਮੇਰੇ ਹੀ ਸਟਾਫ ਦੇ ਐਸ ਡੀ ਐਮ ਦੇ ਸਟਾਫ ਨੂੰ ਉਹਨਾਂ ਨੂੰ ਮੈਸੇਜ ਕੀਤਾ ਹੈ, ਮੈਸੇਜ ਕਰਕੇ ਚੈਟਿੰਗ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਉਹਨਾਂ ਤੋਂ ਕੋਈ ਪੈਸੇ ਉਗਰਵਾ ਸਕਣ। ਤਾਂ ਜਿਸ ਤਰ੍ਹਾਂ ਹੀ ਮੇਰੇ ਧਿਆਨ 'ਚ ਆਇਆ, ਮੈਂ ਨਾਲ ਦੀ ਨਾਲ ਆਪਣੇ ਸਾਰੇ ਸਟਾਫ ਨੂੰ, ਸਾਰੇ ਗਰੁੱਪ 'ਚ, ਸਾਰੀ ਜਗ੍ਹਾ ਆਗਾਹ ਕਰਤਾ ਕਿ ਸੰਬਡੀ ਹੈਜ਼ ਕ੍ਰੀਏਟਡ ਮਾਈ ਫੇਕ ਆਈ ਡੀ। ਫੇਕ ਆਈ ਡੀ ਨਾਲ ਉਹਨਾਂ ਨੇ ਬਣਾਇਆ, ਨੰਬਰ ਬਣਾਇਆ, ਤਾਂ ਕੋਈ ਵੀ ਰਿਸਪੋਂਡ ਨਹੀਂ ਕਰਦਾ। ਮੈਂ ਅਸੀਂ ਐਸ ਐਸ ਪੀ ਨੂੰ ਮੈਂ ਲਿਖ ਕੇ ਦਿੱਤਾ, ਉਹਨਾਂ ਦੇ ਸਾਈਬਰ ਕ੍ਰਾਈਮ ਦੇ ਉਸ ਲਿਖ ਕੇ ਦਿੱਤਾ ਕਿ ਕੰਪਲੇਂਟ ਦਰਜ ਕਰਤੀ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਦੋ ਤਿੰਨ ਦਾ ਪਤਾ ਲੱਗਿਆ ਸੀ ਜਿਨ੍ਹਾਂ ਨੇ ਇਮੀਡੀਏਟਲੀ ਮੇਰੇ ਪੀਏ ਨੂੰ ਕਿਹਾ, ਔਰ ਮੈਂ ਨਾਲ ਦੀ ਨਾਲ ਇਮੀਡੀਏਟਲੀ ਸਾਰੀ ਜਗ੍ਹਾ ਮੈਸੇਜ ਲਗਾਤਾ ਕਿ ਨਾਟ ਟੂ ਰਿਸਪੋਂਡ। ਕਿਸੀ ਨੇ ਮੇਰੀ ਫੋਟੋ ਲੈ ਕੇ ਫੇਕ ਆਈ ਡੀ ਕ੍ਰੀਏਟ ਕਰਕੇ ਵਟਸਐਪ ਨੰਬਰ ਤੇ ਮੇਰੇ ਹੀ ਸਟਾਫ ਦੇ ਐਸ ਡੀ ਐਮ ਦੇ ਸਟਾਫ ਨੂੰ ਉਹਨਾਂ ਨੂੰ ਮੈਸੇਜ ਕੀਤਾ ਹੈ, ਮੈਸੇਜ ਕਰਕੇ ਚੈਟਿੰਗ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਉਹਨਾਂ ਤੋਂ ਕੋਈ ਪੈਸੇ ਉਗਰਵਾ ਸਕਣ। ਤਾਂ ਜਿਸ ਤਰ੍ਹਾਂ ਹੀ ਮੇਰੇ ਧਿਆਨ 'ਚ ਆਇਆ, ਮੈਂ ਨਾਲ ਦੀ ਨਾਲ ਆਪਣੇ ਸਾਰੇ ਸਟਾਫ ਨੂੰ, ਸਾਰੇ ਗਰੁੱਪ 'ਚ, ਸਾਰੀ ਜਗ੍ਹਾ ਆਗਾਹ ਕਰਤਾ ਕਿ ਸੰਬਡੀ ਹੈਜ਼ ਕ੍ਰੀਏਟਡ ਮਾਈ ਫੇਕ ਆਈ ਡੀ। ਫੇਕ ਆਈ ਡੀ ਨਾਲ ਉਹਨਾਂ ਨੇ ਬਣਾਇਆ, ਨੰਬਰ ਬਣਾਇਆ, ਤਾਂ ਕੋਈ ਵੀ ਰਿਸਪੋਂਡ ਨਹੀਂ ਕਰਦਾ। ਮੈਂ ਅਸੀਂ ਐਸ ਐਸ ਪੀ ਨੂੰ ਮੈਂ ਲਿਖ ਕੇ ਦਿੱਤਾ, ਉਹਨਾਂ ਦੇ ਸਾਈਬਰ ਕ੍ਰਾਈਮ ਦੇ ਉਸ ਲਿਖ ਕੇ ਦਿੱਤਾ ਕਿ ਕੰਪਲੇਂਟ ਦਰਜ ਕਰਤੀ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਦੋ ਤਿੰਨ ਦਾ ਪਤਾ ਲੱਗਿਆ ਸੀ ਜਿਨ੍ਹਾਂ ਨੇ ਇਮੀਡੀਏਟਲੀ ਮੇਰੇ ਪੀਏ ਨੂੰ ਕਿਹਾ, ਔਰ ਮੈਂ ਨਾਲ ਦੀ ਨਾਲ ਇਮੀਡੀਏਟਲੀ ਸਾਰੀ ਜਗ੍ਹਾ ਮੈਸੇਜ ਲਗਾਤਾ ਕਿ ਨਾਟ ਟੂ ਰਿਸਪੋਂਡ। ਕਿਸੀ ਨੇ ਮੇਰੀ ਫੋਟੋ ਲੈ ਕੇ ਫੇਕ ਆਈ ਡੀ ਕ੍ਰੀਏਟ ਕਰਕੇ ਵਟਸਐਪ ਨੰਬਰ ਤੇ ਮੇਰੇ ਹੀ ਸਟਾਫ ਦੇ ਐਸ ਡੀ ਐਮ ਦੇ ਸਟਾਫ ਨੂੰ ਉਹਨਾਂ ਨੂੰ ਮੈਸੇਜ ਕੀਤਾ ਹੈ, ਮੈਸੇਜ ਕਰਕੇ ਚੈਟਿੰਗ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਉਹਨਾਂ ਤੋਂ ਕੋਈ ਪੈਸੇ ਉਗਰਵਾ ਸਕਣ। ਤਾਂ ਜਿਸ ਤਰ੍ਹਾਂ ਹੀ ਮੇਰੇ ਧਿਆਨ 'ਚ ਆਇਆ, ਮੈਂ ਨਾਲ ਦੀ ਨਾਲ ਆਪਣੇ ਸਾਰੇ ਸਟਾਫ ਨੂੰ, ਸਾਰੇ ਗਰੁੱਪ 'ਚ, ਸਾਰੀ ਜਗ੍ਹਾ ਆਗਾਹ ਕਰਤਾ ਕਿ ਸੰਬਡੀ ਹੈਜ਼ ਕ੍ਰੀਏਟਡ ਮਾਈ ਫੇਕ ਆਈ ਡੀ। ਫੇਕ ਆਈ ਡੀ ਨਾਲ ਉਹਨਾਂ ਨੇ ਬਣਾਇਆ, ਨੰਬਰ ਬਣਾਇਆ, ਤਾਂ ਕੋਈ ਵੀ ਰਿਸਪੋਂਡ ਨਹੀਂ ਕਰਦਾ। ਮੈਂ ਅਸੀਂ ਐਸ ਐਸ ਪੀ ਨੂੰ ਮੈਂ ਲਿਖ ਕੇ ਦਿੱਤਾ, ਉਹਨਾਂ ਦੇ ਸਾਈਬਰ ਕ੍ਰਾਈਮ ਦੇ ਉਸ ਲਿਖ ਕੇ ਦਿੱਤਾ ਕਿ ਕੰਪਲੇਂਟ ਦਰਜ ਕਰਤੀ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਦੋ ਤਿੰਨ ਦਾ ਪਤਾ ਲੱਗਿਆ ਸੀ ਜਿਨ੍ਹਾਂ ਨੇ ਇਮੀਡੀਏਟਲੀ ਮੇਰੇ ਪੀਏ ਨੂੰ ਕਿਹਾ, ਔਰ ਮੈਂ ਨਾਲ ਦੀ ਨਾਲ ਇਮੀਡੀਏਟਲੀ ਸਾਰੀ ਜਗ੍ਹਾ ਮੈਸੇਜ ਲਗਾਤਾ ਕਿ ਨਾਟ ਟੂ ਰਿਸਪੋਂਡ।